ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਰੌਕੀ ਸਿੰਘ ਅਟਵਾਲ, ਵੀਡੀਓ ਡਾਇਰੈਕਟਰ, ਅਤੇ ਨਾਲ ਮੇਰੇ ਵੀਰ ਬ੍ਰਦਰ ਮੇਰੇ ਨਾਲ ਨੇ, ਔਰ ਬਹੁਤ ਅੱਛੇ ਗਿਟਾਰਿਸਟ ਨੇ, ਸੁਪਰ ਗਿਟਾਰ ਵਜਾਉਂਦੇ ਨੇ। ਸੋ ਦੋਸਤੋ, ਇੱਥੇ ਬੈਠੇ ਹਾਂ, ਸੋਚਿਆ ਚਲੋ ਤੁਹਾਨੂੰ ਕੁਛ ਸੁਣਾਈਏ। ਇਸ ਟਾਈਮ ਮੈਂ ਔਰ ਮੇਰਾ ਬ੍ਰਦਰ ਮਿਲ ਕੇ ਕੁਛ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਔਰ ਦੋਸਤੋ, ਤੁਸੀਂ ਸੁਣਿਆ ਹੀ ਹੋਣਾ ਕਾਲੀ ਗੱਡੀ। ਹਾਂਜੀ, ਕਾਲੀ ਗੱਡੀ ਬਾਰੇ ਤਾਂ ਤੁਹਾਨੂੰ ਪਤਾ ਹੀ ਆ। ਸੋ ਉਹਦੀਆਂ ਦੋ ਚਾਰ ਲਾਈਨਾਂ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗੇ ਹਾਂ ਕਾਲੀ ਗੱਡੀ ਦੀਆਂ, ਅਤੇ ਕਰੀਏ ਸ਼ੁਰੂ। ਹਾਂਜੀ ਬਿਲਕੁਲ ਜੀ, ਕਰੀਏ। ਚਲੋ ਜੀ, ਆਉਣ ਦਿਓ। 1, 2, 3, 4 ਗੱਡੀ ਮੇਰੀ ਕਾਲੀ ਹੋਏ, ਸ਼ੂਕਦੀ ਹੋ ਜਾਵੇ, ਸੋਹਣੀ ਸੋਹਣੀ ਕੁੜੀਆਂ ਨੂੰ ਚੱਕਰਾਂ ਚ ਪਾਵੇ। ਗੱਡੀ ਮੇਰੀ ਕਾਲੀ ਹੋਏ, ਸ਼ੂਕਦੀ ਹੋ ਜਾਵੇ, ਸੋਹਣੀ ਸੋਹਣੀ ਕੁੜੀਆਂ ਨੂੰ ਚੱਕਰਾਂ ਚ ਪਾਵੇ। ਦੱਬੀ ਜਾਵਾਂ ਰੇਸ ਕਰਦੀਆਂ ਟਰੇਸ, ਦੱਬੀ ਜਾਵਾਂ ਰੇਸ ਕਰਦੀਆਂ ਟਰੇਸ, ਗੱਡੀ ਗੋਲੀ ਵਾਂਗੂ ਯਾਰ ਕਿਸੇ ਹੱਥ ਨਾ ਆਵੇ। ਗੱਡੀ ਮੇਰੀ ਕਾਲੀ ਹੋਏ, ਸ਼ੂਕਦੀ ਹੋ ਜਾਵੇ। I've been thinking about the way you moved in my life, thinking about the way you cut like a knife through my heart, digging with the pain and memories, things that haunt me, things that come to me. In that place you put such joy, a joy that makes me shout like a little boy, jumping up and down on my father's bed, sleep, dream, fall, take my hand. ਸ਼ੀਸ਼ੇ ਡਾਊਨ ਕਰ ਜੱਟ ਜਦੋਂ ਮਾਰਦਾ ਏ, ਕਿਹੜੀ ਕੁੜੀਆਂ ਅੱਗਦੀਆਂ, ਕੈਮ ਲੁਕਿਆ ਤੇਰੀ। ਸ਼ੀਸ਼ੇ ਡਾਊਨ ਕਰ ਜੱਟ ਜਦੋਂ ਮਾਰਦਾ ਏ, ਕਿਹੜੀ ਕੁੜੀਆਂ ਅੱਗਦੀਆਂ, ਕੈਮ ਲੁਕਿਆ ਤੇਰੀ। ਕਰ ਕਿਸੇ ਨੂੰ ਨਾ ਫੋਲੋ, ਮਾੜਾ ਕਿਸੇ ਨੂੰ ਨਾ ਬੋਲੋ, ਕਰ ਕਿਸੇ ਨੂੰ ਨਾ ਫੋਲੋ, ਮਾੜਾ ਕਿਸੇ ਨੂੰ ਨਾ ਬੋਲੋ, ਨੱਡੀਆਂ ਦਾ ਢੋਲਾ ਮੇਰਾ ਟਾਈਮ ਚੱਕੀ ਜਾਵੇ। ਗੱਡੀ ਮੇਰੀ ਕਾਲੀ ਹੋਏ, ਸ਼ੂਕਦੀ ਹੋ ਜਾਵੇ, ਸੋਹਣੀ ਸੋਹਣੀ ਕੁੜੀਆਂ ਨੂੰ ਚੱਕਰਾਂ ਚ ਪਾਵੇ। ਗੱਡੀ ਮੇਰੀ ਕਾਲੀ ਹੋਏ, ਸ਼ੂਕਦੀ ਹੋ ਜਾਵੇ, ਸੋਹਣੀ ਸੋਹਣੀ ਕੁੜੀਆਂ ਨੂੰ ਚੱਕਰਾਂ ਚ ਪਾਵੇ। ਸੋ ਦੋਸਤੋ, ਕਿਵੇਂ ਲੱਗਿਆ ਜੀ ਇਹ ਮੇਰਾ ਸੌਂਗ, ਐਂਡ ਭਾਈ ਦੀ ਵੀ ਗਿਟਾਰ ਕਿਵੇਂ ਲੱਗੀ? ਸਾਰਿਆਂ ਨੂੰ ਜ਼ਰੂਰ ਕਮੈਂਟਸ ਕਰਿਓ ਅਤੇ ਦੱਸਿਓ। ਇਹ ਆਪਣਾ ਟਰੈਕ ਮੋਸਟਲੀ ਰੈਡੀ ਹੋ ਚੁੱਕਿਆ ਆ, ਔਰ ਜਿਨ੍ਹਾਂ ਦਾ ਮਿਊਜ਼ਿਕ ਕੀਤਾ ਆ ਸੁਖ ਚੌਹਾਨ ਐਸਟਿਨ ਕੰਪਨੀ ਤੋਂ, ਇਸ ਸੌਂਗ ਦਾ ਮਿਊਜ਼ਿਕ ਹੋ ਚੁੱਕਿਆ ਆ, ਔਰ ਇਸਦਾ ਵੀਡੀਓ ਬਹੁਤ ਜਲਦ ਕਰਨ ਜਾ ਰਹੇ ਹਾਂ ਅਸੀਂ। ਸੋ ਇਸ ਵੀਡੀਓ ਲਈ ਦੋਸਤੋ, ਮੈਂ ਚਾਹੁੰਦਾ ਕਿ ਪਹਿਲਾਂ ਇਹ ਜੋ ਛੋਟੀ ਜਿਹੀ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਇਆ, ਇਹਨੂੰ ਤੁਹਾਡੇ ਕਮੈਂਟਸ ਚਾਹੀਦੇ ਨੇ। ਤੁਹਾਨੂੰ ਕਿਵੇਂ ਲੱਗਾ ਇਹ ਸਾਡਾ ਸੌਂਗ ਵਿਦ ਗਿਟਾਰ ਦੇ ਨਾਲ? ਸੋ ਇਹਨਾਂ ਦਾ ਨਾਲ ਛੋਟੀ ਜਿਹੀ ਕੋਸ਼ਿਸ਼। ਸੋ ਸਾਨੂੰ ਕਮੈਂਟਸ ਚਾਹੀਦੇ ਨੇ, ਜਲਦੀ ਤੋਂ ਜਲਦੀ ਆਪਣਾ ਰਿਪਲਾਈ ਭੇਜੋ ਦੋਸਤੋ। ਸੋ ਇਹਦਾ ਵੀਡੀਓ ਲੈ ਕੇ ਆ ਰਿਹਾ। ਸੋ ਤਦ ਲੱਗੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਗੁੱਡ ਬਾਏ ਦੋਸਤੋ, ਟੇਕ ਕੇਅਰ।